हाँ जी भाई जी, सब तो पहले प्यार भरी सत श्री अकाल जी। अज बरनाले नूं जांदे सी ते राह दे विच ना 60 ग्राम ट्रैक्टर मिलिया, मूहरे लिखा हुआ नानका मेल। ते 60 ग्राम ट्रैक्टर मिलिया, डी आई वाई दा करिया होया ते बड़ा सोहना ट्रैक्टर आ, पुराना सामने वाला ट्रैक्टर आ। ते ए ट्रैक्टर दी कदर 60 ग्राम दी भाई सिद्धू ने पाई सी। तू तो तेरे एक अलोप ही हो गए ट्रैक्टर भी, 60 ग्राम ट्रैक्टर मिलने भी हट गए थे, पर हुण दोबारे खिचदा केंद्र बन गए। ते भाई नाल अपने खड़े इधर भाई जी, सत श्री अकाल जी। सत श्री अकाल भाई। ਕਿਹੜਾ ਪਿੰਡ ਬਾਈ? ਤਨੌਲਾ ਵੀਰੇ। ਤਨੌਲਾ ਵਾ? ਹਾਂਜੀ ਹਾਂਜੀ ਤਨੌਲਾ ਜੀ। ਅੱਛਾ, ਤੇ ਨਾਨਕਾ ਮੇਲ ਹੈ? ਹਾਂਜੀ ਵੀਰੇ। ਨਾਨਕ ਛੱਕ ਭਰ ਕੇ ਆਏ ਹੋ? ਹਾਂਜੀ ਹਾਂਜੀ ਵੀਰੇ। ਬਾਈ ਨਾਨਕ ਛੱਕ ਭਰ ਕੇ ਆਏ ਹੋ? 60 ਗ੍ਰਾਮ ਦੇਖ ਪਹਿਲਾਂ ਫੇਰ ਕਰਦੇ ਬਾਈ ਨਾਲ ਗੱਲ। 60 ਗ੍ਰਾਮ ਦੇਖ ਬਾਈ ਨੇ ਸ਼ਿੰਗਾਰਿਆ। ਯਾਰ ਆਪਾਂ ਵੱਡੀਆਂ ਵੱਡੀਆਂ ਗੱਡੀਆਂ ਦੇ, ਅਸਲ ਦੇ ਵਿੱਚ ਜੇ ਕਿਤੇ ਬਾਈ ਵੱਡੀ ਗੱਡੀ 'ਤੇ ਹੁੰਦਾ, ਭਾਵੇਂ ਛੋਟੀ ਗੱਡੀ 'ਤੇ ਹੁੰਦਾ, ਕੋਲ ਦੀ ਟੱਪ ਜਾਂਦਾ, ਪਤਾ ਨਹੀਂ ਲੱਗਦਾ ਸੀਗਾ ਵੀ ਨਾਨਕ ਛੱਕ ਭਰ ਕੇ ਆਇਆ। ਪਰ ਜਦੋਂ ਬਾਈ ਟਰੈਕਟਰ ਲਈ ਜਾਂਦਾ ਸੀ ਨਾ, ਤਾਂ ਉੱਤੇ ਆ ਪਾਇਆ ਹੋਇਆ ਦੇਖੋ, ਤੁਸੀਂ ਦੇਖ ਹੀ ਸਕਦੇ ਹੋ। ਤੇ ਦਿਲ ਕਰਿਆ ਵੀ ਬਾਈ ਨੂੰ ਖੜਾ ਕੇ ਵੀਡੀਓ ਬਣਾਈ। ਅਕਸਰ ਆਪਾਂ ਕਦੇ ਜਿਹੀਆਂ ਵੀਡੀਓ ਨਹੀਂ ਬਣਾਈਆਂ, ਪਰ ਅੱਜ ਦਿਲ ਕਰਿਆ, ਕਿਉਂਕਿ ਦਿਲ ਤਾਂ ਕਰਿਆ ਵੀ ਟਰੈਕਟਰ 60 ਗ੍ਰਾਮ। ਬਾਈ ਸਿੱਧੂ ਦੇ ਨਾਲ ਜੁੜਿਆ ਹੋਇਆ, ਬਾਈ ਦਾ ਨਿਕਨੇਮ ਵੀ 60 ਗ੍ਰਾਮ ਸੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ। ਤੇ ਬਾਈ ਚ ਨਾਨਕ ਛੱਕ ਭਰ ਕੇ ਆਏ ਹੋ ਜੀ? ਹਾਂਜੀ ਹਾਂਜੀ ਵੀਰ ਜੀ। ਤੇ ਗੱਡੀ ਦੇ ਆਉਣ ਦੇ ਬਜਾਏ ਟਰੈਕਟਰ ਤੇ ਆਏ? ਹਾਂਜੀ ਹਾਂਜੀ ਹਾਂਜੀ। ਤੇ ਫਿਰ ਇਹ ਬਾਈ ਨੂੰ ਮੰਨ ਕੇ ਚੱਲ ਵੀ ਬਾਈ ਦਾ, ਮੈਂ ਸੁਣਿਆ ਨਹੀਂ ਨਹੀਂ ਬਾਈ ਦੇ ਬਹੁਤ ਵੱਡੇ ਫੈਨ ਆ ਸੀ। ਮੈਂ ਸੁਣਿਆ ਵੀ ਆ ਵੀ ਥੋੜਾ ਡੈਕ ਦੇ ਵਿੱਚ ਵੀ ਅਕਸਰ ਗੀਤ ਸਿੱਧੂ ਦੇ ਚੱਲਦੇ ਆਉਂਦੇ ਸੀ। ਸਿੱਧੂ ਦੇ ਗਾਣੇ ਵੀ ਮੇਰੇ ਕੋਲ ਸਿੱਧੂ ਪਹਿਲਾਂ ਤਾਂ ਮੈਨੂੰ, ਮੈਂ ਇਹਨਾਂ ਨੂੰ ਆਖਿਆ ਮੈਂ ਆਪਾਂ ਵੀਡੀਓ ਨਾ ਬਣਾਈਏ, ਕਹਿੰਦਾ ਖੜਾ ਲਾ, ਅਸੀਂ ਖੜਾ ਲਿਆ। ਠੀਕ ਹੈ। ਤੇ ਮੈਂ ਕਿਹਾ ਪਤਾ ਨਹੀਂ ਬਾਈ ਰੋਕੂ ਕਿ ਰੋਕਦਾ ਨਹੀਂ ਆ। ਨਾ ਨਾ ਜੀ, ਮੈਂ ਤੁਹਾਨੂੰ ਪਛਾਣ ਲਿਆ ਸੀ ਵੀਰੇ। ਅੱਛਾ ਅੱਛਾ। ਹਾਂ ਜੀ, ਸਿੱਧੂ ਦਾ ਬੈਠੇ ਕਰਾ ਲਾਉਂਦੇ ਰੋਟੀ ਖਾਂਦੇ ਨਾ ਹੁੰਦੇ। ਤੇ ਅਕਸਰ ਫਿਰ ਬਾਈ ਨੇ ਅੱਜ 60 ਗ੍ਰਾਮ ਖਿੱਚਿਆ ਹੈ। ਹਾਂਜੀ ਹਾਂਜੀ ਵੀ ਆਏ ਆ ਵੀ ਹੁਣ ਨਾਲ ਦੇ ਕੁਝ ਨਾ ਕੁਝ ਗੱਡੀਆਂ ਦੇ ਵੀ ਆਏ ਹੋਣਗੇ, ਅਸੀਂ ਕਿੱਥੇ ਹੁਣ ਠੰਡ ਮਾਰਦੇ ਯਾਰ। ਨਾ ਜੀ, ਆਏ ਤਾਂ ਸਾਰੇ ਗੱਡੇ ਜੀ ਟਰੈਕਟਰ 'ਚ ਬਹਿ ਕੇ, ਤੇ ਕੰਮ ਹੋਣ ਦਾ ਧਾਰਾ ਧੂਰਾ ਦਾ ਪਹਿਲਾਂ ਵਾ ਕੇ ਗੱਡੀਆਂ ਦੇ ਵਾ ਕੇ। ਹਾਂਜੀ ਹਾਂਜੀ ਵੀ ਤੁਹਾਨੂੰ ਇਹ ਸੀ ਵੀ ਪਿੰਡ ਹੁਣ ਨਾਮ ਕਿਸ਼ਕ ਭਰਨੇ ਆਉਣੀ ਆ ਟਰੈਕਟਰ ਦੀ। ਹਾਂ, ਜਾਣਾ ਹੀ ਟਰੈਕਟਰ ਤੇ ਹੀ, ਖਿੱਚ ਦਾ ਕੇਂਦਰ ਬਣਦਾ। ਸਭ ਤੋਂ ਵੱਡੀ ਗੱਲ ਇਹ ਆ ਯਾਰ ਵੀ ਦੇਖੋ ਬਈ, ਤੁਹਾਡੇ ਕੋਲ ਟਰੈਕਟਰ ਤੂੰ ਦੱਸੇ ਵੀ 8-9 ਸਾਲ ਤੁਹਾਡੇ ਕੋਲ ਟਰੈਕਟਰ ਦੇ ਆ ਗਏ। ਹਾਂਜੀ, ਪਰ ਇਹ ਟਰੈਕਟਰਾਂ ਤੇ ਜਿਉਂ ਜਦੋਂ ਬਾਈ ਦੇ ਸਿੱਧੂ ਆ ਕੇ ਗਾਉਣ ਲੱਗਿਆ ਤੇ ਟਰੈਕਟਰ ਨਾਲ ਜਿਕਰ, ਇਹ ਦੁਬਾਰੇ ਟਰੈਕਟਰ ਚਰਚਾ ਚ ਆ ਗਏ। ਹਾਂ, ਚਰਚਾ ਚ ਕਬਾੜ ਤੋਂ ਖਿੱਚ ਲੈ ਲੋਕਾਂ ਨੇ। ਹਾਂ, ਤੇ ਅੱਜ ਸਭ ਤੋਂ ਵੱਡੀ ਗੱਲ ਇਹ ਆ ਯਾਰ ਵੀ ਅੱਜ ਵੀ ਸੱਭਿਆਚਾਰ ਪੰਜਾਬ ਦੇ ਵਿੱਚ ਹੈ ਨਹੀਂ। ਦਹਾਈ ਪਾਉਂਦੇ ਵੀ ਸੱਭਿਆਚਾਰ ਪੰਜਾਬ ਦਾ ਖਤਮ ਹੋ ਗਿਆ ਜੀ, ਇਹ ਹੋ ਗਿਆ, ਬਾਹ ਹੋ ਗਿਆ। ਅੱਗੇ ਟਰੈਕਟਰ ਲੋਕ ਗੱਡਿਆਂ ਤੇ ਜਾਂਦੇ ਜਦੋਂ ਸਾਧਨ ਨਹੀਂ ਸੀ, ਫਿਰ ਟਰੈਕਟਰਾਂ ਦਾ ਆ ਗਿਆ, ਫਿਰ ਗੱਡੀਆਂ ਦਾ ਆ ਗਿਆ, ਹੁਣ ਮੁੜ ਕੇ ਕਿਤੇ ਨਾ ਕਿਤੇ ਫਿਰ ਟਰੈਕਟਰਾਂ ਦਾ ਆ ਗਿਆ। ਹਾਂ, ਟਰੈਕਟਰਾਂ ਦਾ ਆ ਗਿਆ, ਕਿਉਂਕਿ ਜੱਟ ਦਾ ਪੁੱਤ ਟਰੈਕਟਰ ਨੂੰ ਉੱਚੀ ਸਮਝਦਾ ਹੁੰਦਾ ਗਾ ਵੀ ਇਹ ਮੇਰਾ ਪੁੱਤ ਆ। ਤੇ ਬਾਈ ਵੀਡੀਓ ਲੱਗੀ ਵਧੀਆ ਸ਼ੇਅਰ ਕਰੋ। ਤੇ ਆਪਣਾ ਪਿੰਡ ਕਿਹੜਾ ਚ ਬਾਈ? ਤਨੌਲਾ ਜੀ। ਤਨੌਲਾ ਬਾਈ ਸੀ, ਕਿਹੜੇ ਪਿੰਡ ਆਏ ਸੀ ਤੁਸੀਂ? ਮਾਪਤਲੇਰੇ ਬਾਈ ਆਏ ਸੀ, ਵੀਡੀਓ ਤਾਂ ਬਣਾਈ ਕਿਉਂਕਿ ਟਰੈਕਟਰ ਬਾਈ ਨੇ ਸ਼ਿੰਗਾਰਿਆ ਬਹੁਤ ਸੋਹਣਾ। ਦੇਖੋ ਤਕਰੀਬਨ ਅੱਜ 4 ਦਿਨ ਹੋ ਗਏ ਹੋਣਗੇ ਲਿਖਾਇਆ। ਅੱਛਾ, ਉੱਪਰ ਬਾਈ ਨੇ ਲਿਖਾਇਆ ਵੀ ਹੋਇਆਗਾ ਅੱਜ ਮੂਹਰੇ ਨਾਨਕਾ ਮੇਲ ਕਰਕੇ, ਥੋੜਾ ਜਿਹਾ ਨਾਨਕਾ ਮੇਲ ਕਰਕੇ ਪਾਇਆ ਹੋਇਆਗਾ। ਹਾਂਜੀ, ਤੇ ਤਕਰੀਬਨ 4 ਦਿਨ ਹੋ ਗਏ ਹੋਣਗੇ ਸ਼ਿੰਗਾਰੇ ਨੂੰ ਵੀ। ਹਾਂਜੀ ਹਾਂਜੀ। ਤੇ ਐਂ ਦੇਖੋ ਬਾਈ ਟਰੈਕਟਰਾਂ ਦੇ ਇੱਧਰ ਵੀ ਦਿਖਾ ਦੇ, ਮਾਰ ਕੇ ਮਾਰਿਆ ਦੇ। ਬਾਈ ਨੇ ਯਾਰ ਪੂਰੀ ਰੀਝ ਲਾਈ ਹੋਈ ਆ, ਲਿਖਿਆ ਹੋਇਆ ਜੀਟਰ। ਤੇ ਟਰੈਕਟਰ ਵੀ ਦੇਖ ਬਾਈ, ਜਿਵੇਂ ਸੁੱਕਾ ਪਿਆ ਯਾਰ। ਜਿਹੜੀਆਂ ਆਹ ਚੀਜ਼ਾਂ ਹੁੰਦੀਆਂ ਨਾ 60 ਗ੍ਰਾਮ ਦੇ, ਆਹ ਰੰਗ ਆ ਜਿਹੜਾ, ਇਹ ਕਰਮ ਵਾਲਿਆਂ ਨੂੰ ਦੇਖਣ ਨੂੰ ਮਿਲਦਾ ਤੇ ਚੱਕਿਆਂ ਵਾਲਾ ਆਹ ਰੰਗ, ਨਹੀਂ ਤਾਂ ਅੱਜ ਨੂੰ ਖਰ ਜਾਂਦਾ ਸਾਰਾ ਕੁਛ। ਇਹ ਕਰਨ ਵਾਲਿਆਂ ਨੂੰ ਦੇਖਣ ਨੂੰ ਮਿਲਦਾ ਗਾ। ਬਾਈ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ। ਹਾਂ, ਤੁਹਾਨੂੰ ਵੀ। ਤੁਹਾਨੂੰ ਵੀ ਭੈਣ ਜੀ ਵਧਾਈਆਂ ਜੀ। ਸਤਿ ਸ਼੍ਰੀ ਅਕਾਲ ਜੀ।